अपनी मंगा मनवाउन दे लई पीटीई अध्यापक ने जेड़े ओह पानी दी टंकी ते संगरूर विखे चढ़े हुए ने जिन्हां नूं मिलन अज सिमरजीत मान इत्थे पहुंचे सी। की कुछ उन्होंने कहा, की गलबात हुई इन्हां अध्यापकां दे नाल, आओ तुहानूं सुनवाने हां। ਇਹ ਜੀ ਜਿਹੜੇ ਲੋਕ ਬੀਬੀਆਂ ਨੂੰ ਭੈਣ ਬਣਾ ਲੈਂਦੇ ਹੈ ਇਹ ਬਿਲਕੁਲ ਗਲਤ ਹੈ। ਮੈਨੂੰ ਬੀਬੀ ਜਗੀਰ ਕੌਰ ਨੇ ਭਰਾ ਬਣਾ ਲਿਆ ਸੀਗਾ ਅਤੇ ਮੇਰੇ 'ਤੇ ਰੱਖੜੀ ਵੀ ਬੰਨਤੀ ਸੀਗੀ ਅਤੇ ਉਹ ਮੇਰੀ ਭੈਣ ਬਣ ਕੇ ਬਾਦਲਾਂ ਨਾਲ ਚਲੀ ਗਈ ਸੀਗੀ ਅਤੇ ਮੈਂ ਕਿਹਾ ਸੀਗਾ ਬੀਬੀ ਜੀ ਇਹ ਤੀਵੀਆਂ ਨਵੇਂ ਯਾਰ ਬਣਾ ਲੈਂਦੀਆਂ ਪਰ ਭੈਣਾਂ ਆਪਣੇ ਭਰਾਵਾਂ ਨੂੰ ਛੱਡ ਕੇ ਨਵਾਂ ਭਰਾ ਨਹੀਂ ਬਣਾਉਂਦੀਆਂ ਅਤੇ ਤੁਸੀਂ ਹੁਣ ਆਪ ਸਮਝ ਲਓ ਕੇਜਰੀਵਾਲ ਸਾਹਿਬ ਨੇ ਜੇ ਭੈਣ ਬਣਾਈ ਹੈ ਤਾਂ ਉਹਦਾ ਕੀ ਹਾਲ ਹੈ। ਉੱਤੇ ਇਹ ਮੀਂਹ ਹਨੇਰੀ ਆ ਰਿਹਾ ਦਵਾ ਸੱਟ ਅਤੇ ਇਹਨਾਂ ਬੀਬੀਆਂ ਦੀ ਗੱਲ ਕਿਉਂ ਨਹੀਂ ਸੁਣਦਾ। ਛੋਟੀ ਜਿਹੀ ਗੱਲ ਹੈ, ਮੈਰਿਟ ਲਿਸਟ 'ਤੇ ਦੋਨੋਂ ਸਿੱਪੀ ਅਤੇ ਰਵਨੀਤ ਆਈਆਂ ਹੋਈਆਂ ਅਤੇ ਅੱਜ ਹੀ ਜੇ ਚੀਫ ਮਿਨਿਸਟਰ ਸਾਹਿਬ ਦਸਤਖਤ ਕਰ ਦੇਣ ਇਹਨਾਂ ਨੂੰ ਟਾਵਰ ਤੋਂ ਲਾ ਲਾਂਗੇ ਅਤੇ ਸੁੱਖ ਅਤੇ ਸ਼ਾਂਤੀ ਦੀ ਬਾਂਸਰੀ ਫੇਰ ਸਾਡੇ ਸੰਗਰੂਰ ਦੇ ਵਿੱਚ ਵੱਜਣ ਲੱਗ ਪਊਗੀ। ਮੁੱਖ ਕਹਿੰਦੇ ਸੀਗੇ ਵੀ ਕਿਸੇ ਵੀ ਬੱਚੇ ਨੂੰ ਟੈਂਕੀ 'ਤੇ ਨਹੀਂ ਚੜ੍ਹਨ ਦੇਵਾਂਗੇ, ਸਾਡੀ ਸਰਕਾਰ ਆ ਜੇ ਕਿਤੇ ਵੀ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗੂਗਾ। ਪਰ ਕਿਵੇਂ ਦੇਖ ਦੂੰਗੀ, ਜਿਹੜਾ ਪੰਜ ਜਥੇਬੰਦੀਆਂ ਉਹਨਾਂ ਦੇ ਗੇਟ ਦੇ ਉੱਪਰ ਬੈਠੀਆਂ ਨੇਗੀਆਂ ਅਤੇ ਉਹਨਾਂ ਦਾ ਦਫ਼ਤਰ ਘੇਰਿਆ ਹੋਇਆ ਹੈਗਾ ਜਿਹੜੇ ਅਗਨੀਪਥ ਯੋਜਨਾ ਨੂੰ ਲੈ ਕੇ ਜਿਹੜੇ ਨੌਜਵਾਨ ਨੇ ਅਤੇ ਇੱਥੇ ਟੈਂਕੀ ਦੇ ਉੱਪਰ ਜਿਹੜੇ ਚੜ੍ਹੇ ਹੋਏ ਨੇਗੇ ਬੇਰੁਜ਼ਗਾਰ। ਅੱਜ ਤੁਸੀਂ ਲੋਕਾਂ ਨੇ 92 ਸੀਟਾਂ ਆਮ ਪਾਰਟੀ ਨੂੰ ਦਿੱਤੀਆਂ, ਇਹ ਇੰਨੇ ਲੱਖਾਂ ਬੰਦਿਆਂ ਦਾ ਝੂਠੇ ਵਾਅਦੇ ਕਰਕੇ ਉੱਲੂ ਤੁਹਾਡਾ ਸਾਰਿਆਂ ਦਾ ਬਣਾਤਾ ਸਿਵਾਏ ਮੇਰਾ, ਕਿਉਂ ਕਰਕੇ ਮੈਂ ਇਹਨਾਂ ਨੂੰ ਵੋਟ ਨਹੀਂ ਪਾਈ ਹੈ। ਹੁਣ ਤੁਸੀਂ ਮੰਨੋ ਸਾਰੇ ਕਿ ਇਹ ਤੁਹਾਡਾ ਉੱਲੂ ਬਣਾ ਚੁੱਕੇ ਹੈ ਅਤੇ ਇਹਦੇ ਲਈ ਤੁਹਾਨੂੰ ਹੁਣ ਖੜ੍ਹਨਾ ਚਾਹੀਦਾ ਕਿ ਅਸੀਂ ਕਦੇ ਵੀ ਉੱਲੂ ਨਹੀਂ ਬਣਾਂਗੇ ਅੱਗੇ ਤੋਂ। ਮਾਨ ਸਾਹਿਬ, ਅੱਜ ਸਰਸੇ ਵਾਲੇ ਬਾਬੇ ਦੀ ਰੋਲ ਮਿਲੀ ਇੱਕ ਮਹੀਨੇ ਦੀ, ਕਿਸ ਤਰ੍ਹਾਂ ਦੇ ਦੇਣਗੇ? ਇਹ ਸਾਡੇ ਨੇੜੇ ਤੇੜੇ ਨਹੀਂ ਆ ਸਕਦਾ ਹੈਗਾ, ਪਰ ਸਰਕਾਰ ਇਹਦੇ ਹੱਥ ਦੇ ਵਿੱਚ ਹੈਗੀ ਹੈ ਔਰ ਜੱਜ ਵੀ ਸ਼ਿਕਵਾਤ ਸਗਵਾਨ ਅਤੇ ਉਹ ਦੂਸਰਾ ਹੈਗਾ ਬਜਾਜ ਹਾਈਕੋਰਟ ਦੇ, ਉਹ ਵੀ ਇਹਨਾਂ ਨੂੰ ਬੇਲਾਂ ਦੇਈ ਜਾਂਦੇ ਹੈ, ਇਹਦੀ ਇੰਟਰੋਗੇਸ਼ਨ ਨਹੀਂ ਹੋਣ ਦਿੰਦੇ, ਜਿਹਦੇ ਨਾਲ ਕਿ ਜਿਹੜਾ ਬਰਗਾੜੀ ਦਾ ਧਰਮ ਦਾ ਕੇਸ ਜਿੱਥੇ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਨਾਲ ਦੇ ਪਿੰਡ ਦੋ ਸਿੰਘ ਸ਼ਹੀਦ ਕਰਤੇ ਹੈ, ਉਹ ਸਿਰ ਨਹੀਂ ਚੜ੍ਹਦੀ। ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਚੱਕ ਕੇ ਕਿਹਾ ਸੀ ਮੈਂ ਸਾਰੇ ਦੋਸ਼ੀਆਂ ਨੂੰ ਫੜ ਲੂੰਗਾ, ਨਾਲ ਹੀ ਸਰਸੇ ਵਾਲੇ ਨੂੰ, ਉਹਨਾਂ ਨੇ ਨਹੀਂ ਕੀਤਾ। ਚੰਨੀ ਸਾਹਿਬ ਨੇ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਹੈ, ਹੁਣ ਆਮ ਆਦਮੀ ਪਾਰਟੀ ਅਤੇ BJP ਦਾ ਇੱਕੋ ਹੀ ਰੁੱਖ ਹੈ ਅਤੇ ਮੈਂ ਸਮਝਦਾ ਕਿ ਪੰਜਾਬ ਗਵਰਨਮੈਂਟ ਅਤੇ ਹਰਿਆਣਾ ਗਵਰਨਮੈਂਟ ਨੇ ਸਾਂਝੇ ਤੌਰ ਦੇ ਉੱਤੇ ਇਸ ਨੂੰ ਪੈਰੋਲ ਦਿੱਤੀ ਹੈ, ਜਿਹੜੀ ਕਿ ਬਹੁਤ ਹਾਨੀਕਾਰਕ ਹੈ। ਕਿਤੇ ਹੋਰ ਖੂਨ ਖਰਾਬਾ ਨਾ ਹੋ ਜੇ, ਇਹ ਸਰਕਾਰ ਦੀ ਡਿਊਟੀ ਹੋਊ, ਸੈਂਟਰ ਦੀ ਵੀ ਡਿਊਟੀ ਹੋਊ ਕਿ ਸੈਂਟਰ ਦੇ ਕੋਲ ਸੰਵਿਧਾਨਿਕ ਪਾਵਰ ਹੈ ਕਿ ਉਹ ਸਟੇਟਾਂ ਨੂੰ ਡਾਇਰੈਕਸ਼ਨ ਦੇ ਸਕਦੇ ਆ ਲਿਖਤੀ ਤੌਰ 'ਤੇ ਕਿ ਆਹ ਸਾਡੇ ਨੋਟਿਸ 'ਚ ਆਇਆ ਕਿ ਇਹਨਾਂ ਨੂੰ ਪੈਰੋਲ ਦੇਣ ਦੇ ਨਾਲ ਖੂਨ ਖਰਾਬਾ ਹੋ ਸਕਦਾ ਅਤੇ ਇਹਦੀ ਜ਼ਿੰਮੇਵਾਰੀ ਹਰਿਆਣੇ ਅਤੇ ਪੰਜਾਬ ਸਰਕਾਰ ਦੀ ਅਤੇ ਸੈਂਟਰ ਦੀ ਹੋਵੇਗੀ। ਸਰ, ਕੱਲ੍ਹ ਮੁੱਖ ਮੰਤਰੀ ਨੇ ਆਪਣੀ ਸਪੀਚ 'ਚ ਕਿਹਾ ਕਿ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਉਹ ਤਲਵਾਰ ਚੱਕੀ ਫਿਰਦੇ ਨੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਕਿਸੇ ਹੋਰ ਪਾਸੇ ਲਿਜਾਣ ਦੀ ਗੱਲ ਕਰ ਰਹੇ ਨੇ ਅਤੇ ਆਪਣੇ ਆਪ ਨੂੰ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੇਰੀ ਜਾਨ ਨੂੰ, ਮਤਲਬ ਵੀ ਉਹਨਾਂ ਨੇ ਆਪਣੇ ਤੁਲਨਾ ਜਿਹੜੀ ਭਗਤ ਸਿੰਘ ਨਾਲ ਕੀਤੀ ਕਿ ਮੈਂ ਜਿਹੜੀ ਦੁੱਗਣੀ ਉਮਰ ਉਹਨਾਂ ਨਾਲ ਜਿਉਂ ਚੁੱਕਿਆ। ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ। ਮੈਨੂੰ ਤਾਂ ਨਹੀਂ ਜੀ ਪਤਾ ਧਮਕੀ ਜੇ ਮਿਲੂਗੀ, ਜੇ ਉਹ ਭਗਤ ਸਿੰਘ ਦੇ ਵਿੱਚ ਵਿਸ਼ਵਾਸ ਕਰਦੇ ਹੈ, ਸਰਦਾਰ ਭਗਤ ਸਿੰਘ ਨੂੰ ਕਦੇ ਡਰ ਨਹੀਂ ਸੀ ਲੱਗਿਆ ਅਤੇ ਉਹ ਫਾਂਸੀ ਚੜ੍ਹ ਗਿਆ ਸੀਗਾ। ਜੇ ਭਗਵੰਤ ਜੀ ਨੂੰ ਧਮਕੀਆਂ ਆਉਂਦੀਆਂ ਹੈ ਤਾਂ ਫਿਰ ਜੇ ਉਹ ਭਗਤ ਸਿੰਘ ਹੈ ਫਿਰ ਉਹਨਾਂ ਨੂੰ ਝੱਲਣ, ਅਤੇ ਜਿਹੜੀ ਉਹਨਾਂ ਨੇ ਸ੍ਰੀ ਸਾਹਿਬ ਦੀ ਗੱਲ ਕੀਤੀ ਹੈ ਉਹਦੇ 'ਤੇ ਅਸੀਂ ਮੁਕੱਦਮਾ ਕਰਨ ਲੱਗੇ ਹਾਂ, ਕਿਉਂ ਕਰਕੇ ਸਿੱਖਾਂ ਦਾ ਧਾਰਾ 25 ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ ਹੈ ਕਿ ਦ ਸਿੱਖਸ ਕੈਨ
श्री साहब दियो श्री साहब सिक्स कैन वेयर द कृपान एंड कैरी द कृपान कि सिख अपनी कृपान पहन भी सकते है ते अपनी रख भी सकते है ए इन्होंने साडे मजहब दी की है बेअदबी ते एस टी पी सी नूं भी मैं कहूँगा कि जे तुसी एस टी पी सी दे सही मैंबर हैगे हो ते इन्हां दे उत्ते मुकदमा करना चाहिए 295 आई पी सी का कि इन्होंने कृपान की बेअदबी की है कृपान पंज ककारां दे विच्चों एक है ते छेवें पातशाह ने उस समय सानू कृपान दिती है मुगल वक्त दे विच जदों गैर मुसलमान कृपान नहीं सी चक सकदा ते दसवें पातशाह ने कहा इन सिखों को दूँ बादशाही ते दूसरा गुरु गोबिंद सिंह महाराज ने कहा है शस्त्रों के अधीन है राज उन्होंने साडे मजहब का अपमान ते बेइज्जती की है ते उन्होंने उत्ते अज असी सारे कानूनदानां नूं पुछ रहे हैं उन्होंने उत्ते असी मुकदमा करांगे मैनू कहिंदे आ हुण बुढ़ा जरनैल आऊगा हुण ठीक है मैं बुढ़ा है पर मैं तुहाडे सामने तेजी नाल टावर नहीं चढ़िया ते जिहड़े मैनू बुढ़ा जरनैल कहिंदे आ जे करतारपुर साहब नूं जाण दा रोक देण ते मेरे नाल दरिया किहड़ा किहड़ा तैर के पार करूगा ते जिहड़े मैनू बुढ़ा जरनैल कहिंदे आ ना ਉਹ ਮੇਰੇ ਨਾਲ ਦਰਿਆ ਟੱਪ ਕੇ ਕਰਤਾਰਪੁਰ ਸਾਹਿਬ ਜਾਣ ਅਤੇ ਇਹਦੇ ਨਾਲ ਸਾਡੇ ਦੁਸ਼ਮਣ ਦੇ ਹੌਂਸਲੇ ਤਕੜੇ ਹੁੰਦੇ ਹੈ ਕਿ ਸਿੱਖਾਂ ਦਾ ਜਰਨੈਲ ਬੁੱਢਾ ਹੋ ਗਿਆ ਪਰ ਜਾਣ ਤੁਹਾਡੀ ਸਾਰਿਆਂ ਨਾਲੋਂ ਜ਼ਿਆਦਾ ਹੈ ਮੇਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ ਵਸ਼ੀਕਰਨ ਅਤੇ ਮੁੱਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਦਬਨ ਜਾਦੂ ਟੋਣਾ ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 96435032321